ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਸਮਰਥੀ ਨਾਮ ਦੇ ਵਿੱਚ ਆਪ ਸਭ ਨੂੰ ਮੇਰਾ ਸਲਾਮ ਜੈ ਮਸੀਹ ਦੀ। ਪਰਮੇਸ਼ੁਰ ਦਾ ਧੰਨਵਾਦ ਜਿਹਨਾਂ ਨੇ ਮੌਕਾ ਦਿੱਤਾ ਕਿ ਤੁਹਾਡੇ ਰੂਬਰੂ ਹੋਏ ਹਾਂ। ਸੱਚਮੁੱਚ ਸਾਡਾ ਪਰਮੇਸ਼ੁਰ ਸਾਨੂੰ ਲੈਣ ਆਉਣ ਵਾਲਾ ਹੈ ਬਹੁਤ ਜਲਦ। ਬਾਈਬਲ ਦੇ ਵਿੱਚ ਲਿਖਿਆ ਹੈ ਯਿਸੂ ਮਸੀਹ ਬਹੁਤ ਜਲਦ ਆਉਣ ਵਾਲੇ ਨੇ। ਅਤੇ ਅਸੀਂ ਗੱਲ ਸੁਣਦੇ ਹਾਂ ਕਿ ਮਸੀਹ ਲੋਕਾਂ ਦਾ ਰੈਪਚਰ ਹੋਏਗਾ। ਰੈਪਚਰ ਦਾ ਅਰਥ ਕੀ ਹੈ? ਰੈਪਚਰ ਦਾ ਯੂਨਾਨੀ ਭਾਸ਼ਾ ਦੇ ਵਿੱਚ ਮਤਲਬ ਹੈ ਇੱਕ ਝਟਕੇ ਦੇ ਵਿੱਚ ਉਠਾਇਆ ਜਾਣਾ। ਸੱਚਮੁੱਚ ਇੱਦਾਂ ਹੀ ਹੋਏਗਾ, ਜਦੋਂ ਯਿਸੂ ਮਸੀਹ ਆਉਣਗੇ ਤਾਂ ਮਸੀਹ ਲੋਕ ਜਿਹੜੇ ਉਹਨੂੰ ਪਿਆਰ ਕਰਦੇ ਨੇ ਉਹ ਇੱਕ ਝਟਕੇ ਦੇ ਵਿੱਚ ਉਠਾਏ ਜਾਣਗੇ ਸਵਰਗਾਂ ਨੂੰ, ਜਿੱਥੇ ਉਹਨਾਂ ਦੀ ਮੁਲਾਕਾਤ ਯਿਸੂ ਮਸੀਹ ਨਾਲ ਹੋਏਗੀ। ਹਾਲੇਲੂਇਆ। ਤੁਸੀਂ ਸੋਚਦੇ ਹੋਵੋਗੇ ਜਦੋਂ ਯਿਸੂ ਮਸੀਹ ਆਉਣਗੇ ਸਾਨੂੰ ਕਿੱਦਾਂ ਪਤਾ ਚੱਲੇਗਾ ਕਿ ਉਹ ਯਿਸੂ ਮਸੀਹ ਹੀ ਹੈ? ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਮੱਤੀ ਉਹਦਾ 24 ਬਾਪ ਅਤੇ 29 ਨੰਬਰ ਆਇਤ ਦੇ ਵਿੱਚ, ਉਹਨਾਂ ਦਿਨਾਂ ਦੇ ਕਸ਼ਟ ਦੇ ਪਿੱਛੋਂ ਝੱਟ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ, ਔਰ ਤਾਰੇ ਆਕਾਸ਼ ਤੋਂ ਡਿੱਗ ਪੈਣਗੇ ਅਤੇ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆ ਹੈ ਸੂਰਜ ਹਨੇਰਾ ਹੋ ਜਾਏਗਾ, ਸੂਰਜ ਆਪਣੀ ਰੋਸ਼ਨੀ ਦੇਣਾ ਬੰਦ ਕਰ ਦੇਗਾ, ਅਤੇ ਬਾਈਬਲ ਦੇ ਵਿੱਚ ਲਿਖਿਆ ਹੈ ਚੰਦਰਮਾ ਆਪਣੀ ਚਾਨਣੀ ਦੇਣਾ ਬੰਦ ਕਰ ਦੇਵੇਗਾ। ਹਾਲੇਲੂਇਆ। ਜਦੋਂ ਇੱਦਾਂ ਹੋਵੇ ਤੁਸੀਂ ਸਮਝ ਲਿਓ ਕਿ ਬਸ ਹੁਣ ਯਿਸੂ ਮਸੀਹ ਆਉਣ ਵਾਲੇ ਨੇ। ਅਗਲੀ ਆਇਤ ਦੇ ਵਿੱਚ ਅਸੀਂ ਪੜ੍ਹਦੇ ਹਾਂ 30 ਨੰਬਰ ਆਇਤ ਦੇ ਵਿੱਚ, ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਆਕਾਸ਼ ਵਿੱਚ ਪ੍ਰਗਟ ਹੋਵੇਗਾ, ਅਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤਰ ਨੂੰ ਸਮਰੱਥਾ ਅਰ ਵੱਡੇ ਤੇਜ਼ ਨਾਲ ਆਕਾਸ਼ ਦੇ ਬੱਦਲਾਂ ਉੱਤੇ ਆਉਂਦੀਆਂ ਵੇਖਣਗੀਆਂ। ਹਾਲੇਲੂਇਆ। ਬਾਈਬਲ ਦੇ ਵਿੱਚ ਕਿਉਂ ਲਿਖਿਆ ਹੈ ਕਿ ਕੌਮਾਂ ਪਿੱਟਣਗੀਆਂ? ਕਿਉਂਕਿ ਉਹ ਉਦੋਂ ਜਾਣਨਗੇ ਕਿ ਇਹ ਯਿਸੂ ਮਸੀਹ ਆ ਗਏ ਨੇ, ਸੱਚਮੁੱਚ ਯਿਸੂ ਹੀ ਪ੍ਰਭੂ ਹੈ। ਉਹ ਉਦਣ ਸਵੀਕਾਰ ਕਰਨਗੇ ਕਿ ਯਿਸੂ ਪ੍ਰਭੂ ਹੈ, ਪਰ ਉਹਨਾਂ ਦਾ ਉਦਣ ਰੋਣ ਦਾ ਪਿੱਟਣ ਦਾ ਕੋਈ ਫਾਇਦਾ ਨਹੀਂ ਹੋਣਾ। ਫਾਇਦਾ ਇਸ ਦੇ ਵਿੱਚ ਹੈ ਕਿ ਅਸੀਂ ਅੱਜ ਯਿਸੂ ਮਸੀਹ ਨੂੰ ਸਵੀਕਾਰ ਕਰੀਏ, ਯਿਸੂ ਮਸੀਹ ਨੂੰ ਗ੍ਰਹਿਣ ਕਰੀਏ। ਇਸ ਲਈ ਤੁਸੀਂ ਯਿਸੂ ਮਸੀਹ ਨੂੰ ਮੰਨੋ, ਕਿਉਂਕਿ ਉਹੀ ਪ੍ਰਭੂ ਹੈ ਅਤੇ ਉਹ ਬਹੁਤ ਜਲਦ ਆਉਣ ਵਾਲੇ ਨੇ ਸਾਨੂੰ ਲੈਣ। ਹਾਲੇਲੂਇਆ। ਯਿਸੂ ਮਸੀਹ ਇੱਕ ਵਾਰੀ ਪਾਪੀਆਂ ਦੇ ਲਈ ਆ ਗਏ, ਲੇਕਿਨ ਅਗਲੀ ਵਾਰੀ ਉਹ ਪਾਪੀਆਂ ਦੇ ਲਈ ਨਹੀਂ ਆਉਣਗੇ, ਉਹ ਧਰਮੀਆਂ ਲਈ ਆਉਣਗੇ। ਜੇ ਤੁਸੀਂ ਧਰਮੀ ਹੋਵੋਗੇ ਤਾਂ ਯਿਸੂ ਮਸੀਹ ਤੁਹਾਨੂੰ ਨਾਲ ਲੈ ਜਾਣਗੇ ਅਤੇ ਤੁਹਾਨੂੰ ਵੱਡਾ ਆਦਰ ਦੇਣਗੇ। ਹਾਲੇਲੂਇਆ। ਅਸੀਂ ਦੁਆ ਕਰੀਏ, ਆਓ ਆਪਣੀ ਅੱਖਾਂ ਨੂੰ ਬੰਦ ਕਰੀਏ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ, ਅਬਰਾਹਮ ਇਸਹਾਕ ਯਾਕੂਬ ਦੇ ਪਰਮੇਸ਼ਰ, ਜਿਉਂਦੇ ਲੋਕਾਂ ਦੇ ਜਿਉਂਦੇ ਪਰਮੇਸ਼ਰ, ਤੇਰੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ ਪਿਤਾ। ਜਿੰਨੇ ਲੋਕ ਪਿਤਾ ਵੇਖ ਰਹੇ ਨੇ ਪਿਤਾ ਮੈਨੂੰ, ਪਿਤਾ ਤੇਰਾ ਆਤਮਾ ਇਹਨਾਂ ਨੂੰ ਛੂਹੇ ਅਤੇ ਆਪਣੀ ਸਾਮਰਥ ਦੇ ਨਾਲ ਭਰ ਦੇਵੇ ਪਿਤਾ, ਇਹਨਾਂ ਨੂੰ ਆਪਣੇ ਅਭਿਸ਼ੇਕ ਦੇ ਨਾਲ ਭਰ ਕੇ ਇਸਤੇਮਾਲ ਕਰ ਮੇਰੇ ਪਿਤਾ ਪਰਮੇਸ਼ਰ। ਜਿੰਨੇ ਲੋਕ ਇਹਨਾਂ ਮੈਨੂੰ ਵੇਖ ਰਹੇ ਨੇ ਪਿਤਾ, ਪਿਤਾ ਇਹਨਾਂ ਨੂੰ ਤਿਆਰ ਕਰ ਪਿਤਾ ਪਰਮੇਸ਼ਰ, ਤਿਆਰ ਹੋਣ ਪਿਤਾ ਆਪਣੇ ਆਪ ਦੀ ਤਿਆਰੀ ਕਰਨ, ਕਿਉਂਕਿ ਤੂੰ ਬਹੁਤ ਜਲਦ ਆਉਣ ਵਾਲਾ ਹੈ ਮੇਰੇ ਪਰਮੇਸ਼ਰ। ਦਇਆ ਕਰ ਖੁਦਾਵੰਦ ਖੁਦਾ, ਜਦ ਤੂੰ ਆਵੇ ਪਿਤਾ ਅਤੇ ਤੇਰੇ ਨਾਲ ਜਾਣ ਪਿਤਾ ਤੇਰੇ ਲੋਕ, ਪ੍ਰਭੂ ਇਹਨਾਂ ਨੂੰ ਅੱਧਾ ਦਾ ਬਣਾ ਦੇ ਪਿਤਾ, ਆਪਣੀ ਸਾਮਰਥ ਦੇ ਨਾਲ ਭਰ ਦੇ, ਆਪਣੇ ਅਨੁਗ੍ਰਹਿ ਨਾਲ ਭਰ ਦੇ, ਆਪਣੇ ਮੱਸਾਂ ਨਾਲ ਭਰ ਪਰਮੇਸ਼ਰ। ਤੇਰੀ ਹਜ਼ੂਰੀ ਹਰ ਵੇਲੇ ਇਹਨਾਂ ਦੇ ਨਾਲ ਰਵੇ ਪਿਤਾ, ਹਰ ਪ੍ਰਕਾਰ ਦੀ ਬਿਮਾਰੀਆਂ ਇਹਨਾਂ ਦੇ ਸਰੀਰ ਦੇ ਵਿੱਚ ਚਲੀਆਂ ਜਾਣ ਯਿਸੂ ਮਸੀਹ ਦੇ ਨਾਮ ਦੇ ਵਿੱਚ, ਵੈਰ ਦੀਆਂ ਤਾਕਤਾਂ ਇਹਨਾਂ ਦੇ ਜੀਵਨਾਂ ਦੇ ਵਿੱਚ ਚਲੀ ਜਾਵੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਪਿਤਾ ਤੇਰੇ ਨਾਮ ਦੇ ਵਿੱਚ ਤਾਕਤ ਹੈ ਪਿਤਾ, ਇਹਨਾਂ ਦੀ ਤਿਆਰੀ ਕਰ ਪਿਤਾ, ਜਦੋਂ ਤੂੰ ਆਵੇ ਪਿਤਾ ਤੇ ਇਹਨਾਂ ਨੂੰ ਨਾਲ ਲੈ ਕੇ ਜਾਵੇ ਪਿਤਾ ਪਰਮੇਸ਼ਰ। ਤਿਆਰ ਹੋਣ ਮੇਰੇ ਪਿਤਾ ਪਰਮੇਸ਼ਰ, ਅੱਜ ਤੂੰ ਧਰਮੀ ਵਾਲਾ ਜੀਵਨ ਜੀਣ ਪਿਤਾ। ਦਇਆ ਕਰ ਖੁਦਾਵੰਦ ਖੁਦਾ, ਕਿਰਪਾ ਕਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ ਆਮੀਨ। ਅਤੇ ਮੈਂ ਆਸ ਰੱਖਦਾ ਤੁਸੀਂ ਪਰਮੇਸ਼ੁਰ ਦੇ ਕਲਾਮ ਦੇ ਵਿੱਚ ਕੁਛ ਨਵਾਂ ਸਿੱਖਿਆ। ਅੱਜ ਤੋਂ ਆਪਣੇ ਆਪ ਦੀ ਤਿਆਰੀ ਕਰੋ, ਕਿਉਂਕਿ ਯਿਸੂ ਮਸੀਹ ਬਹੁਤ ਜਲਦ ਆਉਣ ਵਾਲੇ ਨੇ ਅਤੇ ਸਾਨੂੰ ਆਪਣੇ ਨਾਲ ਲੈ ਕੇ ਜਾਣ ਵਾਲੇ ਨੇ। ਜੇ ਤੁਸੀਂ ਤਿਆਰ ਹੋਵੋਗੇ ਤਾਂ ਤੁਹਾਨੂੰ ਉਹ ਨਾਲ ਲੈ ਜਾਣਗੇ, ਨਹੀਂ ਤਾਂ ਤੁਸੀਂ ਇੱਥੇ ਹੀ ਰਹਿ ਜਾਓਗੇ। ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ ਸਲਾਮ। ਅਸੀਂ ਬਹੁਤ ਜਲਦ ਫਿਰ ਮਿਲਾਂਗੇ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ। ਗੋਡ ਬਲੈਸ ਯੂ। ਬਾਏ ਬਾਏ।